ਸਖੀ ਦਾਦੀ ਤੁਸੀਂ ਆਓ, ਬਸ ਤੁਹਾਡੇ ਸੀਸਾਂ ਦੀ ਲੋੜ ਸੀ। ਕਿਉਂ ਨੀ? ਪਤਾ ਨਹੀਂ, ਨੌਜਾਦਾ ਨੂੰ ਅੱਧੇ ਘੰਟੇ ਅੰਦਰ ਮਾਂ ਦਾ ਪਹਿਲਾ ਪੀਲਾ ਦੁੱਧ ਪਿਆਉਂਦੇ ਹਨ। ਕੋਈ ਸ਼ੈਦ ਵੈਦ ਨਹੀਂ, ਚੇਤੇ ਰਹੇ, ਮਾਂ ਦਾ ਪਹਿਲਾ ਪੀਲਾ ਦੁੱਧ ਨੌਜਾਇਦਾ ਲਈ ਜੀਵਨ ਅੰਮ੍ਰਿਤ ਏ। ਚੰਗਾ, ਮੈਂ ਚਲੀ। ਦਰਸ਼ਕ ਵੀਰੋ, ਮੈਂ ਅਵਤਾਰ ਸਿੰਘ ਗੋਬਿੰਦਪੁਰੀ ਪ੍ਰੋਗਰਾਮ ਸਵੱਸਥ ਭਾਰਤ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ। ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਉਹ ਹੈ JSY ਅਤੇ JSSK, ਜਿਸ ਤੋਂ ਭਾਵ ਹੈ ਜਨਨੀ ਸੁਰੱਖਿਆ ਯੋਜਨਾ ਅਤੇ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ। ਇਹ ਸਕੀਮ ਵੀ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਆਓ ਚੱਲਦੇ ਹਾਂ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਹਸਪਤਾਲ ਬੰਗਾ ਵਿਖੇ। ਭਾਰਤ ਸਰਕਾਰ ਵੱਲੋਂ ਵੱਖ ਵੱਖ ਸੂਬਿਆਂ ਵਿੱਚ ਕਈ ਪ੍ਰਕਾਰ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸਿਹਤ ਸੰਬੰਧੀ ਵੀ ਕਈ ਪ੍ਰਕਾਰ ਦੀਆਂ ਸਕੀਮਾਂ ਭਾਰਤ ਸਰਕਾਰ ਵੱਲੋਂ ਚਲਾਈਆਂ ਗਈਆਂ ਹਨ। ਪੰਜਾਬ ਵਿੱਚ ਵੀ ਇਹ ਸਕੀਮਾਂ ਸਰਕਾਰੀ ਹਸਪਤਾਲਾਂ ਵਿੱਚ ਵੱਡੇ ਪੱਧਰ ਤੇ ਚੱਲ ਰਹੀਆਂ ਹਨ ਤੇ ਲੋੜਵੰਦਾਂ ਨੂੰ ਲਾਭ ਮਿਲ ਰਿਹਾ ਹੈ। ਇਹ ਸਕੀਮਾਂ ਸਿਵਲ ਹਸਪਤਾਲ ਬੰਗਾ ਵਿੱਚ ਵੀ ਵੱਡੇ ਪੱਧਰ ਤੇ ਚਲਾ ਕੇ ਲੋਕਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿ ਕਿੰਚ-ਕਿੰਚ ਤਰ੍ਹਾਂ ਦੀਆਂ ਸਕੀਮਾਂ ਇੱਥੇ ਚੱਲ ਰਹੀਆਂ ਹਨ। ਡਾਕਟਰ ਰੇਨੂ ਸੂਦ ਜੀ, ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਤੁਹਾਤੋਂ ਜਾਣਨਾ ਚਾਹੁੰਦੇ ਹਾਂ ਕਿ ਜਨਨੀ ਸੁਰੱਖਿਆ ਯੋਜਨਾ ਤੇ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ, ਇਹ ਕੇਂਦਰ ਸਰਕਾਰ ਵੱਲੋਂ ਜੋ ਦੋ ਸਕੀਮਾਂ ਚਲਾਈਆਂ ਜਾ ਰਹੀਆਂ, ਯੋਜਨਾਵਾਂ ਚਲਾਈਆਂ ਜਾ ਰਹੀਆਂ, ਇਹ ਆਮ ਲੋਕਾਂ ਤੱਕ ਇਹਦੀ ਪਹੁੰਚ ਕਿਵੇਂ ਹੁੰਦੀ ਆ, ਕਿੱਥੋਂ ਤੱਕ ਹੋ ਰਹੀ ਹੈ, ਔਰ ਇਹ ਸਕੀਮਾਂ ਕੀ ਹੈ, ਤੁਸੀਂ ਇਹ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਇਹ ਕੇਂਦਰ ਸਰਕਾਰ ਦੁਆਰਾ ਚਲਾਈਆਂ ਗਈਆਂ ਦੋਨੋਂ ਯੋਜਨਾਵਾਂ, ਜਨਨੀ ਸੁਰੱਖਿਆ ਯੋਜਨਾ ਅਤੇ ਜਨਨੀ ਸ਼ਿਸ਼ੂ ਸੁਰੱਖਿਆ ਕਾਰਜਕ੍ਰਮ, ਇਹ ਦੋਨੋਂ ਯੋਜਨਾਵਾਂ ਜਿਹੜੀਆਂ ਹਨ ਇਹ ਸਿਰਫ ਇਹ ਆਮ ਪਬਲਿਕ ਵਾਸਤੇ, ਮੀਨਸ ਕੋਈ ਜਨਰਲ ਕੈਟੇਗਰੀ ਜਾਂ ਹਰ ਕੈਟੇਗਰੀ ਦੇ ਲੋਕਾਂ ਵਾਸਤੇ ਇਹ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ, ਔਰ ਇਹ ਜੱਚਾ ਬੱਚਾ ਮਦਰ ਅਤੇ ਚਾਈਲਡ ਦੋਨੋਂ ਵਾਸਤੇ ਇਹ ਸੇਵਾਵਾਂ ਦਿੱਤੀਆਂ ਜਾਂਦੀਆਂ। JSY ਸਕੀਮ ਜਿਹੜੀ ਇਹ ਸਕੀਮ ਹੈ ਇਹ ਮੇਨਲੀ ਮਦਰ ਵਾਸਤੇ ਹੈ। ਮਾਂ ਨੂੰ ਅਸੀਂ ਪਹਿਲੇ 3 ਮਹੀਨਿਆਂ ਦੇ ਵਿੱਚ ਕਹਿੰਦੇ ਹਾਂ ਕਿ ਆਪਣੀ ਜਦੋਂ ਵੀ ਮਾਂ ਨੂੰ ਪਤਾ ਲੱਗਦਾ ਕਿ ਮੈਂ ਗਰਭਵਤੀ ਹਾਂ, ਉਹ ਆਪਣੀ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਜਲਦੀ ਤੋਂ ਜਲਦੀ ਆਪਣੀ ਰਜਿਸਟ੍ਰੇਸ਼ਨ ਕਰਵਾਏ, ਜਿਸ ਵਿੱਚ ਅਸੀਂ ਉਸ ਗਰਭਵਤੀ ਮਾਂ ਦੇ ਜਿੰਨੇ ਵੀ ਜ਼ਰੂਰੀ ਟੈਸਟ ਹੁੰਦੇ ਹਨ, ਜਿਹੜੇ ਕਿ ਇੱਕ ਪ੍ਰੈਗਨੈਂਟ ਲੇਡੀ ਵਾਸਤੇ ਜ਼ਰੂਰੀ ਹਨ, ਉਹ ਸਾਰੇ ਟੈਸਟ ਸਰਕਾਰੀ ਹਸਪਤਾਲ ਵਿੱਚ ਫ੍ਰੀ ਕੀਤੇ ਜਾਂਦੇ ਹਨ, ਅਤੇ ਉਹਨੂੰ 2 ਟੈਟਨਸ ਦੇ ਟੀਕੇ 1 ਮਹੀਨੇ ਦੇ ਵਕਫੇ 'ਤੇ ਲਗਾਏ ਜਾਂਦੇ ਹਨ, ਉਸਦਾ ਕਾਰਡ ਬਣਾਇਆ ਜਾਂਦਾ ਹੈ, ਫਿਰ ਉਸਨੂੰ ਕਿਹਾ ਜਾਂਦਾ ਹੈ ਕਿ ਤੂੰ ਆਪਣੀ ਸਾਰੀ ਪ੍ਰੈਗਨੈਂਸੀ ਵਿੱਚ ਘੱਟ ਤੋਂ ਘੱਟ 3 ਵਾਰੀ ਡਾਕਟਰ ਕੋਲੋਂ ਐਕਸਪਰਟ ਸਲਾਹ ਲੈਣ ਵਾਸਤੇ ਚੈੱਕਅਪ ਵਾਸਤੇ ਸਰਕਾਰੀ ਹਸਪਤਾਲ ਵਿੱਚ ਪਹੁੰਚਣਾ ਹੈ। ਇਸ ਸੁਰੱਖਿਆ ਦੇ ਅਧੀਨ ਅਸੀਂ ਲੋਕਾਂ ਨੂੰ ਆਇਰਨ ਦੀਆਂ ਗੋਲੀਆਂ ਫ੍ਰੀ ਦਿੱਤੀਆਂ ਜਾਂਦੀਆਂ ਹਨ, ਫਿਰ ਡਿਲੀਵਰੀ ਟਾਈਮ ਦੇ ਉੱਤੇ ਫ੍ਰੀ ਡਿਲੀਵਰੀ ਸਰਕਾਰੀ ਹੋਸਪਿਟਲ ਵਿੱਚ, ਇਸ ਹਸਪਤਾਲ ਵਿੱਚ ਵੀ ਕੀਤੀ ਜਾਂਦੀ ਹੈ। ਪੇਸ਼ੈਂਟ ਤੋਂ 1 ਵੀ ਪੈਸਾ
ਉਹਦੀ ਡਿਲੀਵਰੀ ਦਾ ਜਾਂ ਦਵਾਈਆਂ ਦਾ ਜਾਂ ਖਾਣੇ ਦਾ ਚਾਰਜ ਨਹੀਂ ਕੀਤਾ ਜਾਂਦਾ। ਉਸਦੀ ਫ੍ਰੀ ਡਿਲੀਵਰੀ ਹੁੰਦੀ ਹੈ, ਕੋਈ ਦਵਾਈ ਨਹੀਂ ਮੰਗਵਾਈ ਜਾਂਦੀ ਉਹਨੂੰ ਜਿੰਨੇ ਦਿਨ ਉਹ ਸਾਡੇ ਹੋਸਪਿਟਲ 'ਚ ਸਟੇਅ ਕਰਦੀ ਹੈ। ਜਿਹੜੇ ਵੱਡੇ ਓਪਰੇਸ਼ਨ ਵਾਲਾ ਮਰੀਜ਼ 7 ਦਿਨ ਸਟੇਅ ਕਰਦਾ ਹੈ ਅਤੇ ਉਹਨੂੰ 7 ਦਿਨ ਫ੍ਰੀ ਖਾਣਾ ਦਿੱਤਾ ਜਾਂਦਾ ਹੈ। ਨੋਰਮਲ ਡਿਲੀਵਰੀ ਵਾਲਾ ਪੇਸ਼ੈਂਟ 2 ਜਾਂ 3 ਦਿਨ ਸਾਡੇ ਕੋਲ ਦਾਖਲ ਰਹਿੰਦਾ ਹੈ ਅਤੇ ਉਹਨੂੰ ਫ੍ਰੀ ਖਾਣਾ ਦਿੱਤਾ ਜਾਂਦਾ ਹੈ। ਔਰ ਪੇਸ਼ੈਂਟ ਨੂੰ ਜਾਣ ਲੱਗੇ ਅਸੀਂ 1,000 ਰੁਪਏ ਦਾ ਮਾਤਾ ਕੁਸ਼ਲਿਆ ਸਕੀਮ ਦੇ ਅਧੀਨ ਫ੍ਰੀ ਚੈੱਕ ਦਿੰਦੇ ਹਾਂ, ਜਿਸ ਵਿੱਚ ਪੇਸ਼ੈਂਟ ਉਸੇ ਵੇਲੇ ਜੇ ਉਹ ਚੈੱਕ ਜਾ ਕੇ ਕੈਸ਼ ਕਰਵਾ ਲੈਂਦਾ ਹੈ। ਅਤੇ ਜਿਹੜੀ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਹੈ ਉਹਦੇ ਵਿੱਚ ਬੱਚੇ ਵਾਸਤੇ 30 ਦਿਨ ਦੇ ਅੰਦਰ ਅੰਦਰ ਸਰਕਾਰ ਵੱਲੋਂ ਫ੍ਰੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਜਿਸ ਵਿੱਚ ਜਦ ਬੱਚਾ ਬਿਮਾਰ ਹੋ ਜਾਏ ਤਾਂ ਉਹਨੂੰ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਕੋਲ ਸਾਡੀ 108 ਨੰਬਰ ਐਂਬੂਲੈਂਸ ਕਿਸੇ ਦੂਸਰੇ ਹੋਸਪਿਟਲ ਵਿੱਚ ਲੈ ਕੇ ਜਾਂਦੀ ਹੈ। ਜੇ ਸਾਡੇ ਆਪਣੇ ਸਰਕਾਰੀ ਹੋਸਪਿਟਲ ਵਿੱਚ ਅਵੇਲੇਬਲ ਨਹੀਂ ਹੈ ਪਰ ਕਿਸੇ ਦੂਸਰੇ ਸਰਕਾਰੀ ਹਸਪਤਾਲ ਵਿੱਚ ਹੀ ਉਹਨੂੰ ਲੈ ਕੇ ਜਾਂਦੀ ਹੈ, ਜਿੱਥੇ ਬੱਚਿਆਂ ਦੇ ਮਾਹਰ ਡਾਕਟਰ ਹੁੰਦੇ ਹਨ ਅਤੇ ਉੱਥੇ ਉਸ ਬੱਚੇ ਦਾ ਫ੍ਰੀ ਇਲਾਜ ਕੀਤਾ ਜਾਂਦਾ। ਔਰ ਬੱਚੇ ਨੂੰ ਜਨਮ ਦੇ ਹੁੰਦੇ ਸਾਰ ਹੈਪਾਟਾਈਟਸ ਦਾ ਅਤੇ ਪੋਲੀਓ ਦੀਆਂ ਬੂੰਦੀਆਂ ਉਸੇ ਵੇਲੇ ਬੱਚੇ ਨੂੰ ਦਿੱਤੀਆਂ ਜਾਂਦੀਆਂ ਹਨ। ਔਰ ਇਹ ਜਿਹੜੀਆਂ 2 ਸਕੀਮਾਂ ਨੇ ਇਹਨਾਂ ਦਾ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਹੈ, ਜਦਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੋਕਾਂ ਤੋਂ ਵੱਡੇ ਓਪਰੇਸ਼ਨ ਨੋਰਮਲ ਡਿਲੀਵਰੀ ਦਾ ਬਹੁਤ ਖਰਚਾ ਚਾਰਜ ਕੀਤਾ ਜਾਂਦਾ ਹੈ। ਅਤੇ ਅਸੀਂ ਸਰਕਾਰ ਕੇਂਦਰ ਸਰਕਾਰ ਨੇ ਜਿਹੜੀਆਂ ਇਹ 2 ਯੋਜਨਾਵਾਂ ਚਲਾਈਆਂ ਹਨ ਉਹਦੇ ਵਾਸਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਹੈ। ਡਾਕਟਰ ਸਾਹਿਬ, ਜਿਹੜਾ ਅਸੀਂ ਇਹ 2 ਸਕੀਮਾਂ ਦੀ ਗੱਲ ਕਰ ਰਹੇ ਹਾਂ ਇਹਦਾ ਲਾਭ ਸਾਰੇ ਵਰਗਾਂ ਨੂੰ ਇੱਕੋ ਜਿਹਾ ਮਿਲਦਾ ਕਿ ਵੱਖ ਵੱਖ ਹੈ? ਨਹੀਂ, ਇਹ 2 ਸਕੀਮਾਂ ਦਾ ਫਾਇਦਾ ਸਾਰੇ ਵਰਗਾਂ ਵਾਸਤੇ ਇੱਕੋ ਜਿਹਾ ਹੈ, ਲੇਕਿਨ ਇਹ ਸਿਰਫ ਇਹ ਹੈ ਵੀ ਇਹ 2 ਬੱਚਿਆਂ ਵਾਸਤੇ ਹੀ ਦਿੱਤਾ ਜਾਂਦਾ ਹੈ। ਲੇਕਿਨ ਕੋਈ ਚਾਹੇ ਐਸ ਸੀ ਕੈਟੇਗਰੀ ਦਾ ਹੈ ਚਾਹੇ ਜਨਰਲ ਕੈਟੇਗਰੀ ਦਾ ਹੈ, ਜਿਹੜਾ JSY ਦਾ ਪੇਂਡੂ ਤਬਕੇ ਵਾਸਤੇ ਇਹ 700 ਰੁਪਇਆ ਅਤੇ ਸ਼ਹਿਰੀ ਲੋਕਾਂ ਵਾਸਤੇ 600 ਰੁਪਏ ਦਾ ਫਾਇਦਾ ਹਰੇਕ ਮਰੀਜ਼ ਨੂੰ ਮਿਲਦਾ ਹੈ 2 ਬੱਚਿਆਂ ਦਾ। ਇਹ ਮਰੀਜ਼ ਨੂੰ ਅਗਰ ਕੋਈ ਆਸ਼ਾ ਵਰਕਰ ਜਾਂ ਹੋਰ ਕੋਈ ਲੈ ਕੇ ਆਉਂਦਾ ਹੈ ਕਿ ਇਸਦਾ ਕੋਈ ਲਾਭ ਉਸਨੂੰ ਵੀ ਦਿੱਤਾ ਜਾਂਦਾ ਕਿ? ਹਾਂਜੀ, ਇਸਦਾ ਫਾਇਦਾ ਆਸ਼ਾ ਵਰਕਰ ਨੂੰ ਵੀ ਦਿੱਤਾ ਜਾਂਦਾ ਹੈ। ਆਸ਼ਾ ਵਰਕਰ ਜਿਹੜੀਆਂ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਰੱਖੀਆਂ ਗਈਆਂ ਹਨ ਉਹਨਾਂ ਨੂੰ, ਕਿਉਂਕਿ ਉਹ ਜਿਹੜੀ ਆਸ਼ਾ ਵਰਕਰ ਹੈ ਉਹ ਉਸੇ ਪਿੰਡ ਦੀ ਔਰਤ ਹੁੰਦੀ ਹੈ, ਇਸ ਕਰਕੇ ਉਸ ਲੋਕਾਂ ਦੇ ਘਰਾਂ ਦਾ ਪੂਰਾ ਪਤਾ ਹੁੰਦਾ ਹੈ। ਉਹ ਪੇਸ਼ੈਂਟ ਨੂੰ ਮਤਲਬ ਕਿ ਜਦੋਂ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਉਦੋਂ ਤੋਂ ਲੈ ਕੇ ਉਹਦੀ ਡਿਲੀਵਰੀ ਕਰਾਉਣ ਤੱਕ ਅਤੇ ਉਹਦੇ 30 ਦਿਨ ਤੱਕ ਬੱਚੇ ਦੇ ਪੂਰੇ ਇਲਾਜ ਕਰਵਾਉਣ ਤੱਕ ਆਸ਼ਾ ਵਰਕਰ ਮਰੀਜ਼ ਦੇ ਨਾਲ ਰਹਿੰਦੀ ਹੈ ਅਤੇ ਮਰੀਜ਼ ਨੂੰ ਇਸ ਚੀਜ਼ ਦਾ ਪੂਰਾ ਫਾਇਦਾ ਦਿੱਤਾ ਜਾਂਦਾ ਹੈ ਅਤੇ ਉਹਨੂੰ 200 ਰੁਪਏ ਦੀ ਪੇਮੈਂਟ ਵੀ ਦਿੱਤੀ ਜਾਂਦੀ ਹੈ। ਮੈਂ ਸਾਰੀ ਆਮ ਜਨਤਾ ਨੂੰ, ਆਮ ਪਬਲਿਕ ਨੂੰ ਇਹ ਧਾਰਨਾ ਉਹਨਾਂ ਦੀ ਦੂਰ ਕਰਨਾ ਚਾਹੁੰਦੀ ਹਾਂ। ਔਰ ਲੋਕ ਹੁਣ ਖੁਦ ਵੀ ਸਰਕਾਰੀ ਹਸਪਤਾਲਾਂ ਵਿੱਚ ਆ ਕੇ ਬਹੁਤ ਕੁਛ ਦੇਖਦੇ ਹਨ ਕਿ ਸਾਡੀ ਸਰਕਾਰੀ ਹੋਸਪਿਟਲ ਦੇ ਵਿੱਚ ਜਿਹੜੀ ਕੇਅਰ ਹੈ ਮਰੀਜ਼ਾਂ ਦੀ ਉਹ ਆਮ ਇੱਕ ਪ੍ਰਾਈਵੇਟ ਹਸਪਤਾਲ ਦੇ ਪੱਧਰ ਦੇ ਜਿੰਨੀ ਹੋ ਰਹੀ ਹੈ, ਕਿਉਂਕਿ ਸਾਡੇ ਕੋਲ ਵੀ ਪੂਰੀਆਂ ਵੈਲ ਕੁਆਲੀਫਾਈਡ ਸਟਾਫ ਨਰਸਿਸ ਹੈ। ਇਹ ਲੋਕਾਂ ਦੀ ਧਾਰਨਾਵਾਂ ਬਹੁਤ ਪਹਿਲਾਂ ਸੀ ਕਿਉਂਕਿ ਜਦ ਸਾਡੇ ਕੋਲ ਇੰਨੇ ਜ਼ਿਆਦਾ ਡਾਕਟਰਸ ਨਹੀਂ ਸੀ ਉਹਦੇ ਕਰਕੇ ਸਾਡੇ ਕੋਲ ਸਟਾਫ ਦੀ ਸ਼ੋਰਟੇਜ ਸੀ, ਲੇਕਿਨ ਹੁਣ ਸਾਡੇ ਕੋਲ ਬਹੁਤ ਐਕਸਪਰਟ ਡਾਕਟਰਸ ਨੇ, ਸਪੈਸ਼ਲਿਸਟ ਡਾਕਟਰਸ ਨੇ, ਪੂਰੀਆਂ ਕੁਆਲੀਫਾਈਡ ਸਟਾਫ ਨਰਸਿਸ ਨੇ। ਇਸ ਕਰਕੇ ਹੁਣ ਇਹ ਲੋਕਾਂ ਦੀ ਧਾਰਨਾ ਬਿਲਕੁਲ ਗਲਤ ਹੈ ਔਰ ਲੋਕਾਂ ਨੂੰ ਆਪਣਾ ਸਰਕਾਰੀ ਹਸਪਤਾਲਾਂ ਦੇ ਉੱਤੇ ਪੂਰਾ ਵਿਸ਼ਵਾਸ ਬਣਾਉਣਾ ਚਾਹੀਦਾ ਹੈ। ਸਰਕਾਰ ਦੀਆਂ, ਕੇਂਦਰ ਸਰਕਾਰ ਦੀਆਂ ਚਲਾਈਆਂ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਪੂਰਾ ਉਹਨਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਜੱਚਾ ਔਰ ਬੱਚਾ ਦੀ ਕੇਅਰ ਕਿੰਨੀ ਅੱਛੀ ਹੋ ਰਹੀ ਹੈ ਇਹਦਾ ਲੋਕ ਖੁਦ ਸਰਕਾਰੀ ਹਸਪਤਾਲ ਦੇ ਵਿੱਚ ਆ ਕੇ ਇਹਦਾ ਫਾਇਦਾ ਲੈ ਸਕਦੇ ਹੈ ਅਤੇ ਇਹਦਾ ਦੇਖ ਸਕਦੇ ਹਨ ਕਿ ਇਹ ਧਾਰਨਾਵਾਂ ਹੁਣ ਲੋਕਾਂ ਦੀ ਬਿਲਕੁਲ ਵੀ ਸਹੀ ਨਹੀਂ ਰਹੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਈ ਮਰੀਜ਼ ਪੈਸਾ ਨਾ ਹੋਣ ਕਾਰਨ ਕਹਿ ਲਓ ਜਾਂ ਉਹਨਾਂ ਦੇ ਘਰ ਵਿੱਚ ਆਪਣੇ ਸਾਧਨ ਨਾ ਹੋਣ ਕਾਰਨ ਉਹ ਸਰਕਾਰੀ ਹਸਪਤਾਲ ਤੱਕ ਉਹਨਾਂ ਲਈ ਆਉਣਾ ਵੀ ਬੜਾ ਮੁਸ਼ਕਲ ਹੈ, ਕੀ ਐਂਬੂਲੈਂਸ 108 ਤੋਂ ਇਲਾਵਾ ਕੋਈ ਹੋਰ ਵੀ ਸਾਧਨ ਹੈ ਜਿਹਦੇ ਨਾਲ ਤੁਸੀਂ ਮਰੀਜ਼ ਨੂੰ ਪਹਿਲਾਂ ਹਸਪਤਾਲ ਲਿਆਓ ਫਿਰ ਉਹਦਾ ਇਲਾਜ ਕਰਕੇ ਉਸ ਮਰੀਜ਼ ਨੂੰ ਘਰ ਛੱਡਿਆ ਜਾ ਸਕੇ? ਹਾਂਜੀ, ਸਰਕਾਰ 108 ਨੰਬਰ ਐਂਬੂਲੈਂਸ ਤੋਂ ਇਲਾਵਾ ਸਰਕਾਰ ਵੱਲੋਂ ਦਿੱਤੀ ਹੋਈ ਐਂਬੂਲੈਂਸ ਹਰ ਸਰਕਾਰੀ ਹਸਪਤਾਲ ਦੇ ਵਿੱਚ ਅਵੇਲੇਬਲ ਹੈ।
ਪਰ ਇਹ ਐਂਬੂਲੈਂਸ ਜਿਹੜੀ ਹੈ ਇਹ ਡਿਲੀਵਰੀ ਹੋਣ ਤੋਂ ਬਾਅਦ ਜਾਂ ਹੋਰ ਵੀ ਕਿਸੇ ਮਰੀਜ਼ ਨੂੰ ਉਹਦੇ ਘਰ ਤੱਕ ਪਹੁੰਚ ਛੱਡਣ ਜਾਣ ਵਾਸਤੇ ਕੇਸ ਹੋਣ ਤੋਂ ਬਾਅਦ ਖਾਸ ਕਰਕੇ ਮਦਰ ਨੂੰ ਉਹ ਸਰਕਾਰ ਵੱਲੋਂ ਜਿਹੜੀ ਮੁਹੱਈਆ ਐਂਬੂਲੈਂਸ ਹੈ ਉਹ ਬਿਨਾਂ ਪੈਸੇ ਚਾਰਜ ਕੀਤੇ ਪੇਸ਼ੈਂਟ ਦੇ ਘਰ ਤੱਕ ਛੱਡ ਕੇ ਆਉਂਦੀ ਹੈ। ਇਹ 108 ਨੰਬਰ ਐਂਬੂਲੈਂਸ ਤੋਂ ਇਲਾਵਾ ਸਹੂਲਤ ਲੋਕਾਂ ਨੂੰ ਪ੍ਰਦਾਨ ਕੀਤੀ ਗਈ। ਨਵੀਂ ਮੋਟਰਸਾਈਕਲ ਨੂੰ ਚਮਕਾਏ ਰਾਧੇ ਸ਼ਾਮ, ਬਹੁਤ ਸਾਂਭ ਕੇ ਰੱਖੇ ਇਹਨੂੰ ਹਰ ਪਲ ਰਾਧੇ ਸ਼ਾਮ, ਨਵੀਂ ਮੋਟਰਸਾਈਕਲ ਦਾ ਤੇ ਰੱਖੇ ਪੂਰਾ ਧਿਆਨ, ਨਵੇਂ ਜਵਾਕ ਦੀ ਦੇਖ ਰੇਖ ਦਾ ਪੁੱਛੇ ਕਿੰਨਾ ਗਿਆਨ। ਘਰ ਵਿਚ ਤੇਰਾ ਢੇਰ ਮਾਸੂਮ ਖੁਸ਼ੀਆਂ ਲਿਆਂਦਾ ਸਾਡਾ ਬੱਚਾ, ਕੀ ਸਾਡਾ ਫਰਜ਼ ਨਹੀਂ ਕਿ ਇਹਨੂੰ ਵੀ ਘਰ ਤੋਂ ਖੁਸ਼ੀਆਂ ਮਿਲਣ, ਮਿਲੇ ਪਿਆਰ ਅਤੇ ਦੁਲਾਰ, ਮਿਲੇ ਸਿਹਤ ਅਤੇ ਸਿੱਖਿਆ, ਮਿਲੇ ਲੰਬੀ ਜ਼ਿੰਦਗੀ। 20 ਵਰਿਆਂ ਤੋਂ ਘੱਟ ਅਤੇ 30 ਵਰਿਆਂ ਤੋਂ ਵੱਧ ਉਮਰ ਵਿੱਚ ਜਾਂ ਬੱਚਾ ਹੋਣ ਦੇ 2-3 ਵਰਿਆਂ ਦੇ ਅੰਦਰ ਹੀ ਫਿਰ ਗਰਭ ਧਾਰਨ ਕਰਨ ਨਾਲ ਮਾਂ ਅਤੇ ਬੱਚੇ ਦੀ ਸਿਹਤ ਅਤੇ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਖਤਰਾ ਰਹਿੰਦਾ ਹੈ। ਅਨਮੋਲ ਹੈ ਸਿਹਤ ਅਤੇ ਜ਼ਿੰਦਗੀ, ਇਹਨੂੰ ਬਚਾਏ ਪਰਿਵਾਰ ਨਿਯੋਜਨ। ਜਦੋਂ ਮਰੀਜ਼ ਸਾਡੇ ਕੋਲ ਆਉਂਦਾ ਹੈ, ਜਦੋਂ ਉਹਦੀ ਪ੍ਰੈਗਨੈਂਸੀ ਸ਼ੁਰੂ ਹੁੰਦੀ ਹੈ ਉਦੋਂ ਤੋਂ ਹੀ ਲੈ ਕੇ ਪ੍ਰੈਗਨੈਂਸੀ ਹੋਣ ਬੱਚਾ ਹੋਣ ਤੋਂ ਬਾਅਦ ਤੱਕ ਜਿਹੜੀਆਂ ਸਾਰੀਆਂ ਸਹੂਲਤਾਂ ਗੌਰਮੈਂਟ ਵੱਲੋਂ ਫ੍ਰੀ ਦਿੱਤੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਕਿ ਜਦੋਂ ਬੱਚਾ ਪਹਿਲੀ ਵਾਰ ਜਦੋਂ ਆਈ ਹੈ ਦਿਖਾਉਣ ਵਾਸਤੇ ਮਰੀਜ਼ ਸਾਡੇ ਕੋਲ, ਉਹਦੇ ਸਾਰੇ ਅਸੀਂ ਚੈੱਕਅਪ ਕਰਦੇ ਹਾਂ, ਉਹਦੀ ਜਿਹੜੀ ਪਰਚੀ ਬਣਦੀ ਉਹ ਵੀ ਫ੍ਰੀ ਬਣਦੀ ਹੈ, ਉਹਦੇ ਬਾਅਦ ਸਾਰਾ ਚੈੱਕਅਪ ਹੁੰਦਾ, ਟੈਸਟ ਜਿਹੜੇ ਵੀ ਕਰਾਉਣੇ ਹੁੰਦੇ ਨੇ, ਬਲੱਡ ਦੇ ਇਨਵੈਸਟੀਗੇਸ਼ਨਸ, ਖੂਨ ਕਿੰਨਾ ਹੈ ਜਾਂ ਬਲੱਡ ਗਰੁੱਪ, HIV, HBS ਐਂਟੀਜਨ, HCV, ਸਾਰੇ ਜਿਹੜੇ ਟੈਸਟ ਨੇ ਉਹ ਬਿਲਕੁਲ ਟੋਟਲ ਗਵਰਨਮੈਂਟ ਨੇ ਫ੍ਰੀ ਕੀਤੇ ਹੋਏ ਨੇ। ਉਹ ਸਾਰੇ ਅਸੀਂ ਪਹਿਲੀ ਵਿਜ਼ਿਟ 'ਤੇ ਜਾਂ ਦੂਸਰੀ ਵਿਜ਼ਿਟ 'ਤੇ ਸਾਰੇ ਟੈਸਟ ਕਰਾਉਂਦੇ ਹਾਂ। ਉਹਦੇ ਬਾਅਦ ਫਿਰ ਮਰੀਜ਼ ਦਾ ਚੈੱਕਅਪ ਵਗੈਰਾ ਕਰੀਦਾ, ਸਾਰਾ ਚੈੱਕਅਪ ਕਰਕੇ ਫਿਰ ਉਹਨੂੰ ਕੋਈ ਵੀ ਜਿਹੜੀ ਮੈਡੀਸਿਨ ਦੇਣੀ ਹੁੰਦੀ, ਦਵਾਈ ਜਿਸ ਤਰ੍ਹਾਂ ਕਿ ਆਇਰਨ ਦੀਆਂ ਗੋਲੀਆਂ ਨੇ, ਕੈਲਸ਼ੀਅਮ ਵਗੈਰਾ, ਉਹ ਸਾਰਾ ਉਹ ਇੱਥੋਂ ਫ੍ਰੀ ਦਿੱਤਾ ਜਾਂਦਾ, ਉਹ ਗੌਰਮੈਂਟ ਸਾਰਾ ਪ੍ਰੋਵਾਈਡ ਕਰਦੀ ਹੈ। ਕੁਛ NRHM ਦੇ ਥਰੂ ਪ੍ਰੋਵਾਈਡ ਹੁੰਦਾ, ਨੈਸ਼ਨਲ ਰੂਰਲ ਹੈਲਥ ਮਿਸ਼ਨ, ਉਹ ਹੈਲਪ ਕਰਦਾ ਉਹਦੇ ਥਰੂ ਸਾਰਾ ਕੁਛ। ਫਿਰ ਅਸੀਂ ਇਹਨੂੰ ਜੱਚਾ ਨੂੰ ਇੰਜੈਕਸ਼ਨ ਲਾਈਦੇ ਨੇ, TT ਦੇ 2 ਇੰਜੈਕਸ਼ਨ ਲੱਗਣੇ ਹੁੰਦੇ ਨੇ। ਜਿਹੜੀ ਪਹਿਲੀ ਵਾਰ ਪ੍ਰੈਗਨੈਂਟ ਹੋ ਕੇ ਆਉਂਦੀ ਉਹਨੂੰ 2, ਦੂਸਰੀ ਵਾਰ ਜਦੋਂ ਆਉਂਦੀ ਉਹਨੂੰ 1 ਟੀਕਾ ਲਾਈਦਾ। ਜੇ ਬੱਚਾ ਜਿਹੜਾ ਪਹਿਲਾਂ ਬੱਚਾ ਹੋਇਆ 3 ਸਾਲ ਦੇ ਅੰਦਰ ਹੈ ਫਿਰ 1 ਟੀਕਾ ਲਾਈਦਾ, ਨਹੀਂ ਤਾਂ ਉਹਨੂੰ ਵੀ 2 ਇੰਜੈਕਸ਼ਨ ਲਾਉਣੇ ਹੁੰਦੇ ਨੇ, ਉਹ ਵੀ ਇੱਥੇ ਫ੍ਰੀ ਲਾਏ ਜਾਂਦੇ ਨੇ। ਉਹਦੇ ਬਾਅਦ ਰੈਗੂਲਰ ਚੈੱਕਅਪ ਵਾਸਤੇ ਬੁਲਾਈਦਾ ਪੇਸ਼ੈਂਟ ਦੇ ਆਉਣ ਵਾਸਤੇ 108 ਗੱਡੀ ਜਿਹੜੀ ਉਹ ਵੀ ਫ੍ਰੀ ਮਰੀਜ਼ ਨੂੰ ਲੈ ਕੇ ਆਉਂਦੀ, ਫ੍ਰੀ ਛੱਡ ਕੇ ਵੀ ਆਉਂਦੀ ਹੈ। ਜੇ ਮਰੀਜ਼ ਬੁਲਾਊਗਾ ਫੋਨ ਕਰਕੇ ਤਾਂ ਉਹ ਗੱਡੀ ਉਹਨੂੰ ਲੈ ਕੇ ਆਊਗੀ ਐਂਬੂਲੈਂਸ, ਅਤੇ ਛੱਡ ਕੇ ਵੀ ਆਉਂਦੀ। ਫਿਰ ਜਦੋਂ ਸਾਡੇ ਕੋਲ ਪੇਸ਼ੈਂਟ ਡਿਲੀਵਰੀ ਵਾਸਤੇ ਆਉਂਦਾ, ਅਸੀਂ ਉਹਦੀ ਡਿਲੀਵਰੀ ਤੋਂ ਸ਼ੁਰੂ ਤੋਂ ਲੈ ਕੇ ਸਾਰਾ ਐਂਟੀਬਾਇਓਟਿਕ ਜੋ ਵੀ ਦੇਣਾ, ਇੰਜੈਕਸ਼ਨ, ਐਂਟੀਬਾਇਓਟਿਕ, ਮਿਥਰਜਨ, ਸਿੰਟੋਸਿਨੋਨ, ਜੋ ਵੀ ਫਲੂਡ ਅਸੀਂ ਲਾਉਣਾ ਸਾਰਾ ਅਸੀਂ ਆਪਣੇ ਕੋਲੋਂ ਇੱਥੋਂ ਲਾਈਦਾ। ਗੌਰਮੈਂਟ ਪ੍ਰੋਵਾਈਡ ਕਰਦੀ ਹੈ ਫ੍ਰੀ 'ਚ ਸਾਰਾ ਕੁਛ, ਸਾਰੀ ਡਿਲੀਵਰੀ ਫ੍ਰੀ ਕਰਕੇ। ਕੇਂਦਰ ਸਰਕਾਰ ਨੇ ਕੁਛ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਨੇ ਜਿਨ੍ਹਾਂ ਦੇ ਅਧੀਨ ਇਹਨਾਂ ਨੂੰ, ਮਾਤਾ ਕੁਸ਼ਲਿਆ ਸਕੀਮ ਹੈ ਜਿਸ ਤਰ੍ਹਾਂ, ਉਹਦੇ ਅਧੀਨ ਕੁਛ ਚੈੱਕ ਦੇਈਦਾ ਅਮਾਊਂਟ, ਸ਼ਾਇਦ 1000 ਰੁਪੀਜ਼, ਫਿਰ 600 ਰੁਪਏ ਹੋਰ ਵੀ ਦਿੱਤੇ ਜਾਂਦੇ ਨੇ ਜਨਨੀ ਸੁਰੱਖਿਆ ਯੋਜਨਾ ਦੇ, ਅਤੇ ਖਾਣਾ ਵੀ ਫ੍ਰੀ ਜਿਨ੍ਹਾਂ ਦੇ ਪੇਸ਼ੈਂਟ ਰਹਿੰਦਾ ਇੱਥੇ ਡਿਲੀਵਰੀ ਤੋਂ ਬਾਅਦ। ਸਿਜ਼ੇਰੀਅਨ ਵਾਲੇ ਨੂੰ 7 ਦਿਨ, ਨੋਰਮਲ ਡਿਲੀਵਰੀ ਵਾਲੇ ਨੂੰ 3 ਦਿਨ, 3 ਟਾਈਮ ਫ੍ਰੀ ਖਾਣਾ ਦਿੱਤਾ ਜਾਂਦਾ, ਬ੍ਰੇਕਫਾਸਟ, ਲੰਚ, ਡਿਨਰ,
ਅਤੇ ਸਾਰੀ ਮੈਡੀਸਿਨ ਬਿਲਕੁਲ ਫਰੀ, ਪੂਰੀ ਕੇਅਰ ਜਿਹੜੀ ਉਹ ਬਿਲਕੁਲ ਫਰੀ। ਅਸੀਂ ਸਿਜ਼ੇਰੀਅਨ ਵੀ ਕਰਦੇ ਹਾਂ, ਨੋਰਮਲ ਡਿਲੀਵਰੀ ਹੋਈ ਹੈ, ਨੋਰਮਲ ਡਿਲੀਵਰੀ ਦਾ ਜੋ ਵੀ ਸਾਰਾ ਖਰਚਾ ਉਹ ਸਾਰਾ ਗੌਰਮੈਂਟ ਕਰਦੀ ਹੈ। ਜੇ ਸਿਜ਼ੇਰੀਅਨ ਜਿਸ ਤਰ੍ਹਾਂ ਮੈਂ ਕਈ ਸਿਜ਼ੇਰੀਅਨ ਕਾਫੀ ਕਰੀਦੇ ਨੇ, ਅਸੀਂ ਜਿਹੜੇ ਜਿੱਥੇ ਸਿਜ਼ੇਰੀਅਨ ਦੀ ਜ਼ਰੂਰਤ ਪੈਂਦੀ ਸਿਜ਼ੇਰੀਅਨ ਵੀ ਕਰਨਾ ਪੈਂਦਾ, ਉਹ ਵੀ ਬਿਲਕੁਲ ਸਾਰਾ ਫਰੀ। ਈਵਨ ਕਿ ਸਿਜ਼ੇਰੀਅਨ ਦੇ ਵਿੱਚ ਇੱਕ ਇੱਕ ਮੈਡੀਸਿਨ ਜਿਹੜੀ ਵੀ ਯੂਜ਼ ਹੁੰਦੀ ਹੈ, ਸਭ ਅਸੀਂ ਕੋਈ ਸਮਾਨ ਜਿਹੜਾ ਯੂਜ਼ ਹੁੰਦਾ ਉਹ ਵੀ ਸਾਰਾ ਬਿਲਕੁਲ ਸਭ ਫਰੀ ਕਰੀਦਾ। ਉਹ ਟ੍ਰੀਟਮੈਂਟ ਸਾਰਾ ਕਰਕੇ ਉਹਦੇ ਬਾਅਦ ਪੇਸ਼ੈਂਟ ਨੂੰ ਇੱਥੇ ਅਸੀਂ 8 ਦਿਨ ਰੱਖਦੇ ਹਾਂ, ਟਾਂਕੇ ਖੋਲ੍ਹ ਕੇ ਛੁੱਟੀ ਕਰੀਦੀ ਹੈ। ਛੁੱਟੀ ਦੇ ਟਾਈਮ ਪੇਸ਼ੈਂਟ ਨੂੰ 108 ਗੱਡੀ ਜਿਹੜੀ ਹੈ ਗੌਰਮੈਂਟ ਵੱਲੋਂ ਜਿਹੜੀ ਪ੍ਰੋਵਾਈਡ ਕੀਤੀ ਹੋਈ ਹੈ ਉਹ ਫਰੀ 'ਚ ਘਰ ਤੱਕ ਛੱਡ ਕੇ ਆਉਂਦੇ। ਬੱਚੇ ਨੂੰ ਵੀ ਬਾਅਦ 'ਚ ਇੰਜੈਕਸ਼ਨ ਲੱਗਦੇ ਨੇ, ਉਹ ਵੀ ਸਾਰੇ ਫਰੀ ਲੱਗਦੇ, ਬਿਲਕੁਲ ਸਾਰਾ ਕੁਛ ਫਰੀ ਕੀਤਾ। ਮੈਂ ਸਟਾਫ ਨਰਸ ਹਾਂ, ਸਾਡੀ ਡਿਊਟੀ ਜਿਹੜੀ ਆ ਉਹ ਸ਼ਿਫਟ ਵਾਈਜ਼ ਲੱਗਦੀ ਆ, ਮੋਰਨਿੰਗ, ਈਵਨਿੰਗ, ਨਾਈਟ। ਅਤੇ ਹਰ ਇੱਕ ਸ਼ਿਫਟ ਵਿੱਚ ਜਿਵੇਂ ਅਸੀਂ ਆਉਂਦੇ ਹਾਂ, ਸਭ ਤੋਂ ਪਹਿਲਾਂ ਮਰੀਜ਼ਾਂ ਕੋਲ ਜਾਂਦੇ ਹਾਂ, ਮਰੀਜ਼ਾਂ ਦਾ ਹਾਲ ਚਾਲ ਪੁੱਛਦੇ ਹਾਂ। ਉਸ ਤੋਂ ਬਾਅਦ ਉਹਨਾਂ ਦੇ ਅਸੀਂ BP, ਬਲੱਡ ਪ੍ਰੈਸ਼ਰ, ਟੈਂਪਰੇਚਰ ਵਗੈਰਾ ਚੈੱਕ ਕਰਦੇ ਹਾਂ। ਅਤੇ ਜਿਵੇਂ ਜਿਹੜੇ ਤਾਂ ਸਾਡੇ ਕੋਲ ਪੁਰਾਣੇ ਪੇਸ਼ੈਂਟ, ਉਹਨਾਂ ਦਾ ਹਾਲ ਚਾਲ ਪੁੱਛਦੇ ਹਾਂ। ਜੇ ਸਾਡੇ ਕੋਲ ਕੋਈ ਨਵਾਂ ਡਿਲੀਵਰੀ ਕੇਸ ਆਉਂਦਾ ਆ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਹਾਂ ਤੁਹਾਡਾ ਗਰਭ ਅਵਸਥਾ ਦਾ ਟਾਈਮ ਕੀ ਚੱਲ ਰਿਹਾ, ਅਤੇ ਉਹ ਆਪਣੀ ਸਾਰੀ ਸਾਨੂੰ ਜਦੋਂ ਹਿਸਟਰੀ ਦਿੰਦੇ ਆ, ਫਿਰ ਅਸੀਂ ਮਰੀਜ਼ ਨੂੰ ਟੇਬਲ 'ਤੇ ਲਟਾ ਕੇ ਉਹਦਾ ਪੂਰਾ ਐਗਜ਼ਾਮੀਨੇਸ਼ਨ ਕਰਦੇ। ਐਗਜ਼ਾਮੀਨੇਸ਼ਨ ਵਿੱਚ ਅਸੀਂ ਉਹਦਾ ਸਭ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਾਂ, ਵੀ ਧੜਕਣ ਦੇਖਦੇ ਹਾਂ, ਅਤੇ ਫਿਰ ਅੰਦਰੂਨੀ ਐਗਜ਼ਾਮੀਨੇਸ਼ਨ ਕਰਕੇ ਫਿਰ ਡਾਕਟਰਸ ਦੇ ਨਾਲ ਗੱਲ ਕਰਦੇ ਹਾਂ। ਫਿਰ ਜੋ ਡਾਕਟਰ ਸਾਨੂੰ ਆਰਡਰ ਦਿੰਦੇ ਆ ਉਹਦੇ ਅਕੋਰਡਿੰਗ ਅਸੀਂ ਮਰੀਜ਼ ਦਾ ਇਲਾਜ ਕਰਦੇ ਹਾਂ, ਅਤੇ ਫਿਰ ਜੋ ਵੀ ਮੈਡੀਸਨ ਦੇਣੀ ਹੁੰਦੀ ਆ ਉਹ ਡਾਕਟਰ ਦੇ ਅਕੋਰਡਿੰਗ ਅਸੀਂ ਸਾਰਾ ਕੁਛ ਕਰਦੇ ਹਾਂ। ਅਤੇ ਫਿਰ ਡਿਲੀਵਰੀ ਜਦੋਂ ਮਰੀਜ਼ ਦੀ ਹੋ ਜਾਂਦੀ ਆ, ਉਸ ਤੋਂ ਬਾਅਦ ਅਸੀਂ ਮਰੀਜ਼ ਨੂੰ ਜੋ ਵੀ ਆ ਦਵਾਈ ਵੀ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਸਾਰੀ ਦਵਾਈ ਫਰੀ ਦਿੰਦੇ ਹਾਂ। ਅਤੇ ਉਹਨਾਂ ਦੇ ਜੋ ਵੀ ਆ ਐਗਜ਼ਾਮੀਨੇਸ਼ਨ ਉਹ ਚੱਲਦਾ ਹੀ ਰਹਿੰਦਾ ਆ। ਅਤੇ ਫਿਰ ਉਸ ਤੋਂ ਬਾਅਦ ਮਰੀਜ਼ ਨੂੰ ਡਿਲੀਵਰੀ ਤੋਂ ਬਾਅਦ ਜਿਹੜਾ ਖਾਣਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ, ਜਿਹੜਾ ਕਿ ਬਿਲਕੁਲ ਫਰੀ ਹੈ। ਅਤੇ ਮੋਰਨਿੰਗ ਵਿੱਚ, ਈਵਨਿੰਗ ਅਤੇ ਨਾਈਟ ਤਿੰਨਾਂ ਸ਼ਿਫਟਾਂ ਵਿੱਚ ਜੋ ਮਰੀਜ਼ ਨੂੰ ਉਹ ਖਾਣਾ ਵੀ ਫਰੀ ਦਿੱਤਾ ਜਾਂਦਾ ਹੈ। ਅਤੇ ਇਸ ਤਰ੍ਹਾਂ ਮਰੀਜ਼ ਦੇ ਆਉਣ ਤੋਂ ਲੈ ਕੇ ਮਰੀਜ਼ ਦੇ ਜਾਣ ਤੱਕ ਅਸੀਂ ਮਰੀਜ਼ ਦਾ ਪੂਰਾ ਖਿਆਲ ਰੱਖਦੇ ਹਾਂ। ਅਤੇ ਜਦੋਂ ਮਰੀਜ਼ ਨੇ ਘਰ ਜਾਣਾ ਹੁੰਦਾ ਹੈ, ਉਦੋਂ ਵੀ ਸਾਡੇ ਹੋਸਪਿਟਲ ਵੱਲੋਂ ਜੋ ਕਿ ਐਂਬੂਲੈਂਸ ਦੀ ਸਹੂਲਤ ਹੈ, ਉਹ ਮਰੀਜ਼ ਨੂੰ ਫਰੀ ਮੁਹੱਈਆ ਕਰਵਾਈ ਜਾਂਦੀ ਹੈ। ਉਸ ਵਿੱਚ ਮਰੀਜ਼ ਨੇ ਜਿਹੜੀ ਐਂਬੂਲੈਂਸ ਉਹ ਘਰ ਤੱਕ ਛੱਡ ਕੇ ਆਉਂਦੀ ਹੈ। ਅਤੇ ਇਸ ਤਰ੍ਹਾਂ ਫਿਰ ਮਰੀਜ਼ ਨੂੰ ਛੁੱਟੀ ਵੇਲੇ ਅਸੀਂ ਸਾਰਾ ਕੁਛ ਦੱਸਦੇ ਹਾਂ ਕਿ ਉਹਨਾਂ ਨੇ ਘਰ ਜਾ ਕੇ ਜੋ ਵੀ ਆਪਣਾ ਹੈਗਾ ਖਿਆਲ ਰੱਖਣਾ, ਬੱਚੇ ਦਾ ਖਿਆਲ ਰੱਖਣਾ, ਅਤੇ ਇੱਕ ਹੈਲਥ ਐਜੂਕੇਸ਼ਨ ਮਰੀਜ਼ ਨੂੰ ਦਿੰਦੇ ਆ, ਅਤੇ ਬੱਚੇ ਬਾਰੇ ਦੱਸਦੇ। ਉਹਦੇ ਵਿੱਚ ਸਭ ਤੋਂ ਪਹਿਲਾਂ ਮਾਂ ਨੂੰ ਦੱਸਦੇ ਹਾਂ ਕਿ ਜਿਹੜਾ ਬੱਚੇ ਨੂੰ ਮਾਂ ਦਾ ਦੁੱਧ ਆ ਉਹ ਹਰ 2-2 ਘੰਟੇ ਬਾਅਦ ਦੇਣਾ, ਅਤੇ ਲੋੜ ਮੁਤਾਬਿਕ ਦੇਣਾ। ਅਤੇ ਪਹਿਲੇ 6 ਮਹੀਨੇ ਜਿਹੜਾ ਕਿ ਉਹ ਮਾਂ ਨੇ ਆਪਣੇ ਬੱਚੇ ਨੂੰ ਆਪਣਾ ਹੀ ਦੁੱਧ ਪਿਲਾਉਣਾ ਹੁੰਦਾ, ਇੱਥੋਂ ਤੱਕ ਕਿ ਪਾਣੀ ਵੀ ਨਹੀਂ ਦੇਣਾ। ਇਹਦੇ ਲਈ ਅਸੀਂ ਹਰ ਇੱਕ ਮਰੀਜ਼ ਨੂੰ ਜ਼ਰੂਰ ਗਾਈਡ ਕਰੀਦਾ, ਕਿਉਂਕਿ ਜਿਹੜਾ ਮਾਂ ਦਾ ਦੁੱਧ ਆ ਉਹ ਬੱਚੇ ਲਈ ਬਹੁਤ ਹੀ ਇੱਕ ਪੌਸ਼ਟਿਕ ਆਹਾਰ ਹੈ, ਜਿਹੜਾ ਕਿ ਮਰੀਜ਼ ਨੂੰ, ਜਿਹੜਾ ਬੱਚੇ ਨੂੰ ਅਤੇ ਮਾਂ ਨੂੰ ਦੋਨਾਂ ਨੂੰ ਤੰਦਰੁਸਤ ਰੱਖਦਾ ਹੈ। ਅਤੇ ਉਸ ਤੋਂ ਬਾਅਦ ਫਿਰ ਮਰੀਜ਼ ਨੂੰ ਅਸੀਂ ਡਿਲੀਵਰੀ ਤੋਂ ਬਾਅਦ 5 ਦਿਨਾਂ ਬਾਅਦ ਬੁਲਾਈਦਾ, ਜਿਹੜੇ ਕਿ ਨੋਰਮਲ ਡਿਲੀਵਰੀ ਵਾਲੇ ਨੂੰ। ਅਤੇ ਜੋ ਵੀ ਹੈਗਾ ਫਿਰ ਮਰੀਜ਼ ਆ ਕੇ ਜੇ ਕੋਈ ਪਰੇਸ਼ਾਨੀ ਹੁੰਦੀ ਉਹਦੇ ਬਾਰੇ ਦੱਸਦਾ ਆ, ਅਤੇ ਫਿਰ ਜੇਕਰ ਉਹਨੂੰ ਫਿਰ ਦੱਸ ਦੇਵੇ 1 ਮਹੀਨੇ ਤੱਕ ਜੇਕਰ ਕੋਈ ਉਹਦੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਅਤੇ ਉਹ ਇੱਥੇ ਲੈ ਕੇ ਆਵੇ ਤਾਂ ਕਿ ਉਹਦਾ ਬੱਚੇ ਦਾ ਵੀ ਫ੍ਰੀ ਚੈੱਕਅਪ ਕੀਤਾ ਜਾਂਦਾ ਹੈ ਅਤੇ ਮਾਂ ਦਾ ਤਾਂ ਚੱਲਦਾ ਹੀ ਹੈ। ਇਸ ਸਕੀਮ ਸੰਬੰਧੀ ਜਿਨ੍ਹਾਂ ਨੂੰ ਲਾਭ ਹੋਇਆ ਹੈ, ਜਦੋਂ ਉਹਨਾਂ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਤਾਂ ਉਹ ਸਰਕਾਰ ਦਾ ਧੰਨਵਾਦ ਕਰ ਰਹੇ ਸਨ। ਅਤੇ ਆਓ ਹੁਣ ਅਸੀਂ ਜੱਚਾ ਬੱਚਾ ਵਾਰਡ ਦੇ ਵਿੱਚ ਗੱਲ ਕਰਦੇ ਹਾਂ ਵੱਖ ਵੱਖ ਮਰੀਜ਼ਾਂ ਦੇ ਨਾਲ, ਅਤੇ ਜਣੇਪੇ ਵੇਲੇ ਸਰਕਾਰ ਵੱਲੋਂ ਕੀ ਵੱਖ ਵੱਖ ਸਹੂਲਤਾਂ ਇਹਨਾਂ ਹਸਪਤਾਲਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ? ਮੈਂ ਸੀਮਾ ਰਾਣੀ ਬੰਗਾ ਹਸਪਤਾਲ ਵਿੱਚ ਆਈ, ਪਿੰਡ ਖਾਨਖਾਨਾ ਬੰਗਾ ਹਸਪਤਾਲ ਵਿੱਚ ਆਈ। ਇੱਥੇ ਮੇਰੇ ਫਰੀ ਟੈਸਟ ਹੋਏ ਅਤੇ ਫਰੀ ਸਾਰਾ ਕੁਛ ਹੋਇਆ।
ਅਤੇ ਉਹਨੂੰ ਐਂਬੂਲੈਂਸ ਵਿੱਚ ਲੈ ਕੇ ਆਏ 108 ਐਂਬੂਲੈਂਸ ਵਿੱਚ। ਇੱਥੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹੈ। ਹਾਂਜੀ, ਇੱਥੇ ਸਾਰੇ ਫ੍ਰੀ ਟੈਸਟ ਹੋਏ ਆ ਅਤੇ ਹੁਣ ਮੇਰੀ ਲੜਕੀ ਪੈਦਾ ਹੋਈ ਹੈ ਅਤੇ ਹੁਣ ਸਾਨੂੰ ਛੁੱਟੀ ਦੇਣੀ ਹੈ ਨੇ ਅਤੇ ਉਹਨੇ ਜਾਣ ਤੋਂ ਪਹਿਲਾਂ ਸਾਨੂੰ 1000 ਰੁਪਏ ਦਾ ਚੈੱਕ ਦਿੱਤਾ। ਮੈਂ ਅਵਤਾਰ ਕੌਰ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰੇ ਇੱਥੇ ਟੈਸਟ ਸਾਰੇ ਫ੍ਰੀ ਕੀਤੇ ਗਏ, ਸਾਰੀਆਂ ਦਵਾਈਆਂ ਮੈਨੂੰ ਫ੍ਰੀ ਦਿੱਤੀਆਂ ਗਈਆਂ, ਕੋਈ ਵੀ ਮੇਰਾ ਖਰਚਾ ਨਹੀਂ ਆਇਆ। ਮੇਰੇ ਡਿਲੀਵਰੀ ਵੀ ਫ੍ਰੀ ਕੀਤੀ ਗਈ। ਕੇਸ ਆਉਣ ਤੋਂ ਬਾਅਦ ਮੈਨੂੰ 1000 ਰੁਪਏ ਦਾ ਚੈੱਕ ਦਿੱਤਾ ਗਿਆ। ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਸਾਡੇ ਲਈ ਸਕੀਮਾਂ ਸ਼ੁਰੂ ਕੀਤੀਆਂ। ਸੰਦੀਪ ਕੌਰ ਮੇਰਾ ਨਾਮ ਆ, ਪਿੰਡ ਮੇਰਾ ਰਸੂਲਪੁਰ ਆ ਅਤੇ ਮੈਂ ਇੱਥੇ 9 ਮਹੀਨਿਆਂ ਤੋਂ ਆਪਣਾ ਚੈੱਕਅਪ ਕਰਾ ਰਹੀ ਹਾਂ। ਮੈਨੂੰ ਸਾਰਾ ਹੀ ਸਹੂਲਤ ਮਿਲ ਰਹੀ ਆ ਅਤੇ ਮੇਰਾ ਇਲਾਜ ਵੀ ਫ੍ਰੀ ਹੋਇਆ ਆ ਅਤੇ ਮੈਨੂੰ ਐਂਬੂਲੈਂਸ 'ਚ ਇੱਕ ਫੋਨ ਕਰਦੇ ਸੀ ਲੈ ਕੇ ਆਉਂਦੇ ਸੀ ਅਤੇ ਹਾਂਜੀ ਹੁਣ ਮੇਰਾ ਚੈੱਕ ਸਾਰਾ ਕੁਛ ਫ੍ਰੀ ਹੋਇਆ ਆ। ਦਵਾਈ ਵੀ ਮੈਨੂੰ ਫ੍ਰੀ ਦਿੱਤੀ ਆ, ਮੇਰੀ ਡਿਲੀਵਰੀ ਵੀ ਬਹੁਤ ਅੱਛੀ ਹੋਈ ਆ ਅਤੇ ਮੇਰੀ ਕੇਅਰ ਵੀ ਬਹੁਤ ਕਰ ਰਹੇ ਆ। ਮੈਨੂੰ ਕੋਈ ਕਿਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ। ਖਾਣਾ ਵਗੈਰਾ ਮੈਨੂੰ 3 ਟਾਈਮ ਬਿਲਕੁਲ ਸਹੀ ਮਿਲ ਰਿਹਾ ਆ ਅਤੇ ਕੇਅਰ ਵੀ ਬੜੀ ਵਧੀਆ ਕਰਦੇ ਆ। ਦਵਾਈ ਸਾਨੂੰ ਕੋਈ ਬਾਹਰੋਂ ਨਹੀਂ ਲਿਆਉਣੀ ਪੈ ਰਹੀ, ਅੰਦਰੋਂ ਸਾਨੂੰ ਸਾਰਾ ਕੁਛ ਮਿਲ ਰਿਹਾ ਹੈ। ਬੱਚੇ ਦੀ ਵੀ ਮੇਰੇ ਦੀ ਸਹੀ ਕੇਅਰ ਕਰ ਰਹੇ ਆ। ਸਰਕਾਰ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰ ਰਹੀ ਹਾਂ ਕਿ ਸਾਨੂੰ ਇੰਨੀ ਸਹੂਲਤ ਮਿਲ ਰਹੀ ਹੈ। ਤੁਹਾਡਾ ਨਾਮ? ਰੇਸ਼ਮ ਕੌਰ। ਰੇਸ਼ਮ ਕੌਰ, ਹਾਂਜੀ। ਪਿੰਡ ਤੁਹਾਡਾ? ਚਾਲ ਕਲਾਂ। ਚਾਲ ਕਲਾਂ। ਇਹ ਬੱਚਾ ਤੁਹਾਡੀ ਭੈਣ ਦਾ ਹੈ ਜਿਵੇਂ ਤੁਸੀਂ ਦੱਸਿਆ? ਹਾਂਜੀ ਹਾਂਜੀ। ਇਹ ਕਿੰਨੀ ਉਮਰ ਹੋ ਗਈ ਜੀ ਇਹਦੀ? 2 ਸਾਲ। 2 ਸਾਲ, ਹਾਂਜੀ। ਇਹਦੇ ਜਿਹੜੇ ਬਚਪਨ ਤੋਂ ਜਨਮ ਤੋਂ ਬਾਅਦ ਟੀਕੇ ਲੱਗਦੇ ਆ, ਲੱਗੇ ਕਿ ਨਹੀਂ? ਹਾਂਜੀ ਲੱਗੇ। ਉਹ ਕਿੱਥੋਂ ਲਵਾਉਂਦੇ? ਜੀ ਅਸੀਂ ਸਰਕਾਰੀ ਹਸਪੀਟਲ ਤੋਂ ਲਵਾਉਂਦੇ, ਸਿਵਲ ਹਸਪੀਟਲ। ਇੱਥੋਂ ਕਿ ਲਵਾਉਂਦੇ ਹੋ? ਤੁਸੀਂ ਆਉਂਦੇ ਹੋ ਕਿ ਤੁਹਾਡੀ ਭੈਣ ਆਉਂਦੀ? ਸਿਸਟਰ ਮੇਰੀ ਆਉਂਦੀ। ਸਿਸਟਰ ਆਉਂਦੀ ਹੈ? ਹਾਂਜੀ। ਇਹਨਾਂ ਨੇ ਟੀਕਾਕਰਨ ਕਰਨ ਦਾ ਕਦੇ ਕੋਈ ਪੈਸਾ ਵਗੈਰਾ ਤਾਂ ਨਹੀਂ ਲਿਆ? ਨਹੀਂ ਜੀ, ਕਦੇ ਨਹੀਂ ਲਿਆ। ਤੁਹਾਨੂੰ ਇਹ ਕਿਵੇਂ ਪਤਾ ਲੱਗਦਾ ਕਿ ਕਿਹੜਾ ਟੀਕਾ ਕਦੋਂ ਲੱਗਣਾ ਜੀ? ਇਸ ਹਸਪੀਟਲ ਵੱਲੋਂ ਇੱਕ ਕਾਰਡ ਬਣਾਇਆ ਗਿਆ ਜਿਸ 'ਤੇ ਸਾਰੀ ਜਾਣਕਾਰੀ ਦਿੱਤੀ ਗਈ ਕਿਹੜਾ ਟੀਕਾ ਕਦੋਂ ਲੱਗਣਾ। ਉਹਦੇ ਹਿਸਾਬ ਨਾਲ ਤੁਸੀਂ ਆਉਂਦੇ ਹੋ? ਹਾਂਜੀ। ਇੱਥੇ ਜੇ ਬੱਚਾ ਟੀਕਾਕਰਨ ਤੋਂ ਇਲਾਵਾ ਵੀ ਤੁਹਾਨੂੰ ਕੋਈ ਚੈੱਕਅਪ ਕਰਵਾਉਣ ਦੀ ਲੋੜ ਪੈ ਜਾਏ, ਡਾਕਟਰ ਨੂੰ ਦਿਖਾਉਣ ਦੀ ਲੋੜ ਪੈ ਜਾਏ, ਦਵਾਈ ਦੀ ਲੋੜ ਪੈ ਜਾਏ, ਤਾਂ ਤੁਹਾਨੂੰ ਇੱਥੇ ਕਿਹੋ ਜਿਹੀ ਸਹੂਲਤ ਮਿਲਦੀ ਹੈ? ਸਾਰੀ ਮੁਫਤ ਹੀ ਸਹੂਲਤ ਮਿਲਦੀ ਹੈ ਸਾਨੂੰ, ਸਭ ਮੁਫਤ ਦਵਾਈਆਂ ਮਿਲਦੀਆਂ ਹਨ। ਇਹਨਾਂ ਨੇ ਕਦੇ ਪੈਸਾ ਤਾਂ ਨਹੀਂ ਲਿਆ? ਨਹੀਂ, ਕਦੇ ਨਹੀਂ ਪੈਸਾ ਲਿਆ। ਅਤੇ ਤੁਹਾਨੂੰ ਪਤਾ ਕਿ ਇਹ ਹਸਪਤਾਲ ਦੇ ਵਿੱਚ ਜਿਹੜਾ ਕਰੋੜਾਂ ਰੁਪਇਆਂ ਦਾ ਖਰਚ ਹੋ ਰਿਹਾ, ਇਹ ਇੰਨਾ ਪੈਸਾ ਕਿੱਥੋਂ ਆ ਰਿਹਾ? ਇਹ ਕੇਂਦਰ ਸਰਕਾਰ ਵੱਲੋਂ ਹੀ ਆ ਰਿਹਾ। ਪਤਾ ਤੁਹਾਨੂੰ ਇਸ ਗੱਲ? ਹਾਂਜੀ ਹਾਂਜੀ। ਇਹਦਾ ਮਤਲਬ ਤੁਹਾਨੂੰ ਕੋਈ ਫਾਇਦਾ ਹੈ ਜਾਂ ਨਹੀਂ? ਹਾਂਜੀ ਜੀ, ਬਹੁਤ ਫਾਇਦਾ ਹੈ। ਸਿਵਲ ਹਸਪਤਾਲ ਬੰਗਾ ਵਿਖੇ ਹੀ ਸਾਨੂੰ ਕੁਝ ਇਹੋ ਜਿਹੇ ਸੱਜਣ ਮਿਲੇ ਜਿਨ੍ਹਾਂ ਪਰਿਵਾਰਾਂ ਨੇ ਜਿੱਥੇ ਹੁਣ ਨਵਾਂ ਕੇਸ ਕਰਵਾਇਆ ਉੱਥੇ ਉਹਨਾਂ ਦੇ ਪਹਿਲੇ ਕੇਸ ਵੀ ਇਸੇ ਹਸਪਤਾਲ ਦੇ ਵਿੱਚ ਹੋਏ। ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਕਿ ਜਣੇਪੇ ਤੋਂ ਬਾਅਦ ਵੀ ਟੀਕਾਕਰਨ ਕਰਨਾ ਬਹੁਤ ਜ਼ਰੂਰੀ ਹੈ। ਇਸੇ ਟੀਕਾਕਰਨ ਦੇ ਬਾਰੇ ਜੋ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਉਹ ਜਾਣਨ ਦੇ ਲਈ ਅਸੀਂ ਮਿਲੇ ਸੋਨੂੰ ਪਿੰਡ ਮਾਹਲ ਗਹਿਲਾਂ ਦੇ ਨੂੰ। ਆਓ ਜਾਣੀਏ ਇਹਨਾਂ ਤੋਂ ਕਿ ਇਹ ਸਹੂਲਤਾਂ ਦਾ ਇਹਨਾਂ ਨੂੰ ਕੀ ਫਾਇਦਾ ਹੋਇਆ। ਅਸੀਂ ਜਨਮ ਤੋਂ ਲੈ ਕੇ ਬੱਚੇ ਦੇ ਹੁਣ ਤੱਕ ਤਕਰੀਬਨ ਸਾਰੇ ਟੀਕੇ ਇੱਥੇ ਲਵਾ ਚੁੱਕੇ ਹਾਂ ਅਤੇ ਦੂਸਰਾ ਜਿਹੜਾ ਬੱਚਾ ਸਾਡਾ ਅਸੀਂ ਉਹਨਾਂ ਨੂੰ ਵੀ ਟੀਕੇ ਵੀ ਇਸੇ ਹੋਸਪਿਟਲ 'ਚ ਲਵਾਵਾਂਗੇ ਅਤੇ ਸਾਨੂੰ ਇਹਨਾਂ ਦੇ ਟੀਕਾਕਰਨ ਜਿਹੜਾ ਬਹੁਤ ਹੀ ਵਧੀਆ ਲੱਗ ਰਿਹਾ। ਇਹ ਬੱਚੇ ਦੀ ਉਮਰ ਹੁਣ ਇਸ ਵੇਲੇ ਕਿੰਨੀ ਹੈ ਜਿਹੜਾ ਤੁਸੀਂ ਚੁੱਕਿਆ ਹੋਇਆ? ਸਾਡੇ ਕੋਲ ਇਸ ਬੱਚੇ ਦੀ ਉਮਰ ਜੀ 2.25 ਸਾਲ ਦੀ। ਇਹਦੇ ਤੁਸੀਂ ਜਿੰਨੇ ਟੀਕੇ ਲੱਗਣੇ ਸੀ ਉਹ ਸਾਰੇ ਲਗਵਾਏ? ਹਾਂਜੀ, ਹੁਣ ਤੱਕ ਜਿੰਨੇ ਟੀਕੇ ਇਹਦੇ ਬਣਦੇ ਸੀ ਆਪਾਂ ਸਾਰੇ ਲਗਵਾ ਚੁੱਕੇ ਹਾਂ ਔਰ ਜਿਹੜੇ ਬੱਚੇ ਹੋਊਗੇ ਉਹ ਵੀ ਆਪਾਂ ਇਸ ਹੋਸਪਿਟਲ 'ਚ ਲਗਵਾਵਾਂਗੇ। ਜਿੰਨੇ ਵੀ ਤੁਸੀਂ ਟੀਕੇ ਲਵਾਏ ਜਾਂ ਪੋਲੀਓ ਬੂੰਦਾਂ ਦੀਆਂ ਖੁਰਾਕਾਂ ਪਿਲਾਈਆਂ ਗਈਆਂ, ਹਾਂਜੀ, ਉਹਨਾਂ ਦਾ ਤੁਹਾਡੇ ਤੋਂ ਕੋਈ ਪੈਸਾ ਤਾਂ ਨਹੀਂ ਲਿਆ ਗਿਆ? ਨਹੀਂ ਜੀ, ਸਾਡੇ ਕੋਲ ਉਹਨਾਂ ਦਾ ਕੋਈ ਇੱਕ ਵੀ ਚਾਰਜ ਨਹੀਂ ਲਿਆ ਗਿਆ। ਅਸੀਂ ਕੇਂਦਰ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ
ਸਾਨੂੰ ਗਰੀਬਾਂ ਨੂੰ ਇੰਨੀ ਵੱਡੀ ਸਹੂਲਤ ਦੇ ਕੇ ਬਹੁਤ ਹੀ ਅਸੀਂ ਇਹਨਾਂ ਦੇ ਧੰਨਵਾਦੀ। ਪਿਆਰੇ ਦਰਸ਼ਕੋ, ਅੱਜ ਦੇ ਪ੍ਰੋਗਰਾਮ ਸਵੱਸਥ ਭਾਰਤ ਵਿੱਚ ਤੁਹਾਨੂੰ JSY ਅਤੇ JSSK ਸੰਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ, ਉਮੀਦ ਹੈ ਤੁਸੀਂ ਇਸ ਦਾ ਫਾਇਦਾ ਉਠਾਓਗੇ। ਕੱਲ੍ਹ ਇੱਕ ਨਵੇਂ ਵਿਸ਼ੇ ਦੇ ਨਾਲ ਇਸੇ ਪ੍ਰੋਗਰਾਮ 'ਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ, ਨਮਸਕਾਰ। ਅੱਜ ਦਾ ਦਿਨ ਬਹੁਤ ਖਾਸ ਸੀ। ਅੱਜ ਕਈ ਵੱਡੇ ਕੰਮ ਕਰਨੇ ਨੇ। ਬਬਲੂ ਨੂੰ ਦਾਖਲਾ ਮਿਲਿਆ, ਜਾਨੇ ਸਿੱਖਿਆ 5 ਸਾਲ ਤੱਕ, ਡਾਕਖਾਨੇ ਵਿੱਚ ਮਿਆਦੀ ਖਾਤਾ ਖੁੱਲਿਆ, ਜਾਨੇ ਬਚਤ 7 ਸਾਲਾਂ ਦੀ, ਕੋਪਰਟੀ ਜਾਨੇ IUD ਵਾਲੀ, ਜਾਨੇ ਬਿਲਕੁਲ ਬੇਫਿਕਰੀ, ਕੋਪਰਟੀ ਜਾਨੇ IUD 380A ਹੁਣ 10 ਵਰਿਆਂ ਤੱਕ ਅਸਰਦਾਰ ਹੈ, ਅਤੇ ਬੱਚਾ ਫੇਰ ਤੋਂ ਚਾਹੋ ਤਾਂ ਇਹਨੂੰ ਕਢਵਾ ਲਓ। ਕੋਪਰਟੀ ਪੂਰੇ ਤਰੀਕੇ ਸੁਰੱਖਿਅਤ ਹੈ ਅਤੇ ਇਹਨੂੰ ਕਦੇ ਵੀ ਲਵਾਇਆ ਜਾ ਸਕਦਾ ਹੈ। 10 ਸਾਲਾਂ ਦੀ ਛੁੱਟੀ, ਮੈਂ ਅਪਣਾਈ ਕੋਪਰਟੀ।